ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜਸ ਸਿੰਘ ਜਾਹਲ। ਆਮ ਆਦਮੀ ਪਾਰਟੀ ਵਿੱਚ ਆਪਸੀ ਪਾੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਅਰਵਿੰਦ ਕੇਜਰੀਵਾਲ ਦੇ ਕੱਲ ਦੇ ਪੰਜਾਬ ਦੌਰੇ ਤੋਂ ਬਾਅਦ ਹੁਣ ਖਹਿਰਾ ਧੜੇ ਨੇ ਇੱਕ ਵੱਡਾ ਧਮਾਕਾ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਕਰ ਦਿੱਤਾ ਹੈ। ਖਹਿਰਾ ਧੜੇ ਵੱਲੋਂ ਬਣਾਈ ਗਈ PAC ਨੇ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਆਪ ਦਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਥਾਪ ਦਿੱਤਾ ਹੈ, ਜਿਸ ਦਾ ਐਲਾਨ ਕਵਰ ਸੰਧੂ ਨੇ ਕੀਤਾ ਹੈ। ਪੋਲੀਟੀਕਲ ਅਫੇਅਰਸ ਐਡਹੋਕ ਪੋਲੀਟੀਕਲ ਅਫੇਅਰਸ ਕਮੇਟੀ ਨੇ ਇਹ ਫੈਸਲਾ ਕੀਤਾ ਵਾ, ਕਿਉਂਕਿ ਢਾਂਚਾ ਜਿਹੜਾ ਵਾ ਉਹਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਇਹ ਬਹੁਤ ਜ਼ਰੂਰੀ ਆ ਕਿ ਪਾਰਟੀ ਦਾ ਪ੍ਰਧਾਨ ਅੱਜ ਦੀ ਘੜੀ ਜਿਹੜਾ ਵਾ ਅਸੀਂ ਐਡਹੋਕ ਪ੍ਰਧਾਨ ਜਿਹੜਾ ਵਾ ਉਹ ਬਣਾਉਣ ਦੇ ਉੱਤੇ ਇੱਕ ਡਿਸਕਸ਼ਨ ਕੀਤੀ। ਬਹੁਤ ਚੰਗੀ ਡਿਸਕਸ਼ਨ ਹੋਈ, ਉਹਦੇ 'ਚ ਕਈ ਤਰ੍ਹਾਂ ਦੇ ਵਿਚਾਰ ਆਏ। ਇੱਕ ਕੰਸੈਂਸਸ ਬਣਿਆ ਸਾਡੇ ਮੈਂਬਰਸ ਦੇ ਵਿੱਚ ਕਿ ਜਿਹੜੇ ਪ੍ਰਧਾਨ ਆ ਉਹ, ਕਿਉਂਕਿ ਇਹ ਜਿਹੜੀ ਮੁਹਿੰਮ ਆ ਜਿਸ ਤਰੀਕੇ ਨਾਲ ਸ਼ੁਰੂ ਹੋਈ ਆ, ਜਿਸ ਤਰੀਕੇ ਨਾਲ ਮੁਹਿੰਮ ਨੂੰ ਹੁੰਗਾਰਾ ਮਿਲ ਰਿਹਾ ਵਾ, ਉਹ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਐਡਹੋਕ ਪ੍ਰਧਾਨ ਨਿਯੁਕਤ ਕੀਤਾ ਜਾਵੇ। ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਿੱਧੇ ਤਰੀਕੇ ਦੇ ਨਾਲ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨਹੀਂ ਬਣਨਗੇ, ਸਗੋਂ ਸਵਰਾਜ ਦਾ ਤਰੀਕਾ ਅਪਣਾਉਣਗੇ। ਤੇ ਮੈਂ ਚਾਹੁੰਦਾ ਵਾਂ ਕਿ ਇਹਦੀ ਜੋ ਤੁਹਾਡਾ ਮਤਾ ਤੁਸੀਂ ਰੱਖਿਆ, ਇਸ ਦੀ ਪ੍ਰੋੜਤਾ ਮੇਰੇ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਬੈਠੇ ਨੇ ਵੋਲੰਟੀਅਰ, ਸਾਡੇ ਛੋਟੇ ਵੱਡੇ ਭਰਾ ਭੈਣਾਂ ਬਜ਼ੁਰਗ ਪੰਜਾਬ ਵਿੱਚ ਅਤੇ ਸਾਰੇ ਵਿਸ਼ਵ ਦੇ ਵਿੱਚ ਬੈਠੇ ਆਮ ਆਦਮੀ ਪਾਰਟੀ ਦੇ ਨਾਲ ਜਿਨ੍ਹਾਂ ਦੇ ਜਜ਼ਬਾਤ ਜੁੜੇ ਹੋਏ ਨੇ, ਉਹ ਆਉਣ ਵਾਲੀਆਂ ਮੈਨੂੰ ਇਹ ਜਿਹੜੀਆਂ ਕਨਵੈਨਸ਼ਨਸ ਆ ਜ਼ਿਲ੍ਹਾ ਪੱਧਰੀ, ਇੱਥੋਂ ਮੈਂ ਚਾਹੂੰਗਾ, ਮੇਰੀ ਇਹ ਬੇਨਤੀ ਹੈ ਨਾ ਸਾਰਿਆਂ ਨੂੰ ਕਿ ਉਨਾ ਸਮਾਂ ਇੰਤਜ਼ਾਰ ਕੀਤਾ ਜਾਵੇ ਤਾਂ ਕਿ ਉਹ ਲੋਕ ਇਸ ਜ਼ਿੰਮੇਵਾਰੀ ਦੀ ਰੈਟੀਫਿਕੇਸ਼ਨ ਕਰ ਸਕਣ, ਇਸ ਦੇ ਉੱਤੇ ਮੋਹਰ ਲਾ ਸਕਣ। ਅਗਰ ਲੋਕ ਕਹਿਣਗੇ ਕਿ ਹਾਂ ਇਹ ਜ਼ਿੰਮੇਵਾਰੀ ਇਹਨੂੰ ਮਿਲਣੀ ਚਾਹੀਦੀ ਆ, ਤਾਂ ਮੈਨੂੰ ਖਿੜੇ ਮੱਥੇ ਔਰ ਨਿਮਰਤਾ ਦੇ ਨਾਲ ਮੈਂ ਉਸ ਨੂੰ ਪ੍ਰਵਾਨ ਕਰਾਂਗਾ। ਭਾਵੇਂ ਗੱਲਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਬਣਨ ਤੋਂ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇੱਥੇ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਖਹਿਰਾ ਧੜੇ ਵੱਲੋਂ ਬਣਾਈ ਗਈ PAC ਦੇ ਵੱਲੋਂ ਜੋ ਫੈਸਲਾ ਲਿਆ ਗਿਆ ਉਹ ਸੁਖਪਾਲ ਸਿੰਘ ਖਹਿਰਾ ਨੂੰ ਮਨਜ਼ੂਰ ਹੈ ਅਤੇ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ, ਉਹਨਾਂ ਦੀ ਸਹਿਮਤੀ ਤੋਂ ਬਿਨਾਂ ਇਹ ਫੈਸਲਾ ਨਹੀਂ ਲਿਆ ਗਿਆ ਹੋਵੇਗਾ। ਇਸ ਤੋਂ ਇਹ ਸਾਫ਼ ਸਪਸ਼ਟ ਹੈ ਕਿ ਹੁਣ ਖਹਿਰਾ ਧੜੇ ਦੇ ਵੱਲੋਂ ਇੱਕ ਆਪਣਾ ਵੱਖਰਾ ਪ੍ਰਧਾਨ ਬਣਾ ਦਿੱਤਾ ਗਿਆ। ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਆਪਣਾ ਅਸਤੀਫਾ ਦਿੱਲੀ ਹਾਈ ਕਮਾਂਡ ਨੂੰ ਅਰਵਿੰਦ ਕੇਜਰੀਵਾਲ ਦੇ ਕੋਲ ਭੇਜਿਆ ਹੋਇਆ, ਪਰ ਅਰਵਿੰਦ ਕੇਜਰੀਵਾਲ ਨੇ ਅਜੇ ਤੱਕ ਉਹਨਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ। ਭਾਵੇਂ ਕਿ ਭਗਵੰਤ ਮਾਨ ਕਹਿ ਚੁੱਕੇ ਨੇ ਕਿ ਉਹ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ, ਪਰ ਅਰਵਿੰਦ ਕੇਜਰੀਵਾਲ ਉਸ ਤੇ ਗੌਰ ਫਰਮਾਉਂਦੇ ਦਿਖਾਈ ਨਹੀਂ ਦੇ ਰਹੇ। ਇਸ ਸਭ ਦੇ ਵਿੱਚ ਹੁਣ ਖਹਿਰਾ ਧੜੇ ਦਾ ਕਹਿਣਾ ਹੈ ਕਿ ਪੰਜਾਬ ਦੀ ਆਪ ਇਕਾਈ ਦੇ ਕੋਲ ਕੋਈ ਵੀ ਪ੍ਰਧਾਨ ਨਹੀਂ ਹੈ, ਇਸ ਨੂੰ ਮੁੱਖ ਰੱਖਦੇ ਹੀ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਆਰਜ਼ੀ ਤੌਰ ਤੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਥਾਪ ਦਿੱਤਾ ਗਿਆ। ਭਾਵੇਂ ਕਿ ਖਹਿਰਾ ਨੇ ਵਲੰਟੀਅਰਸ ਦੇ ਕੋਲੋਂ ਇਸ ਦੀ ਮਨਜ਼ੂਰੀ ਲੈਣ ਦੀ ਗੱਲ ਕੀਤੀ ਹੈ, ਪਰ ਵਲੰਟੀਅਰਸ ਇਸ ਤੋਂ ਪਿੱਛੇ ਨਹੀਂ ਹਟਣਗੇ, ਕਿਉਂਕਿ ਪਹਿਲਾਂ ਵੀ ਬਠਿੰਡਾ ਕਨਵੈਨਸ਼ਨ ਦੇ ਵਿੱਚ ਜੋ 6 ਮਤੇ ਖਹਿਰਾ ਧੜੇ ਦੇ ਵੱਲੋਂ ਪੇਸ਼ ਕੀਤੇ ਗਏ ਸਨ, ਉਹਨਾਂ ਨੂੰ ਵੀ ਦੋਵੇਂ ਹੱਥ ਖੜੇ ਕਰਕੇ ਵਲੰਟੀਅਰਸ ਨੇ ਮਨਜ਼ੂਰੀ ਦੇ ਦਿੱਤੀ ਸੀ। ਅਤੇ ਇੰਝ ਹੀ ਇਸ ਮਸਲੇ ਦੇ ਵਿੱਚ ਵੀ ਲੱਗ ਰਿਹਾ ਆਮ ਆਦਮੀ ਪਾਰਟੀ ਦੇ ਹੁਣ ਇਸ ਵੇਲੇ 2 ਪ੍ਰਧਾਨ ਨੇ, ਕਿਉਂਕਿ ਭਗਵੰਤ ਮਾਨ ਦਾ ਅਸਤੀਫਾ ਵੀ ਅਜੇ ਤੱਕ ਸਵੀਕਾਰ ਨਹੀਂ ਹੋਇਆ, ਇਸ ਕਰਕੇ ਇੱਕ ਪ੍ਰਧਾਨ ਭਗਵੰਤ ਮਾਨ ਨੇ ਅਤੇ ਦੂਜੇ ਪ੍ਰਧਾਨ ਹੁਣ ਸੁਖਪਾਲ ਸਿੰਘ ਖਹਿਰਾ ਬਣ ਚੁੱਕੇ ਨੇ। ਇਸ ਕਦਮ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਪਰਫੈਕਟ ਤੌਰ ਤੇ ਪੂਰੇ ਤੌਰ ਤੇ 2 ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ। 2 ਪ੍ਰਧਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਬਣ ਚੁੱਕੇ ਨੇ। ਇਸ ਤੋਂ ਸਾਫ਼ ਸਪਸ਼ਟ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪਾੜਾ ਘਟਣ ਦੀ ਬਜਾਏ ਹੋਰ ਵੀ ਵਧੇਗਾ। ਪਰ ਇੱਥੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ, ਪੰਜਾਬ ਦੇ ਲੋਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਸੀਂ ਇਸ ਫੈਸਲੇ ਦੇ ਨਾਲ ਸਹਿਮਤ ਹੋ ਕਿ ਖਹਿਰਾ ਧੜੇ ਨੇ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਪੰਜਾਬ ਇਕਾਈ ਦਾ ਆਰਜ਼ੀ ਤੌਰ ਤੇ ਪ੍ਰਧਾਨ ਬਣਾ ਦਿੱਤਾ ਹੈ? ਕੀ ਤੁਸੀਂ ਇਸ ਫੈਸਲੇ ਦੇ ਨਾਲ ਸਹਿਮਤ ਹੋ? ਤੁਹਾਨੂੰ ਲੱਗਦਾ ਹੈ ਕਿ ਫੈਸਲਾ ਸਹੀ ਹੈ? ਇਸ ਬਾਰੇ ਤੁਹਾਡੀ ਕੀ ਰਾਏ ਹੈ? ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਜੇਕਰ ਤੁਹਾਨੂੰ ਦਾ ਪੰਜਾਬ TV ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਮੈਂ ਜੱਜ ਸਿੰਘ ਜਹਾਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਇਸੇ ਤਰ੍ਹਾਂ ਹੀ ਦੇਖਦੇ ਰਹੋ ਦਾ ਪੰਜਾਬ TV, ਹਰ ਖਬਰ ਦਾ ਸੱਚ। ਸਾਡਾ ਮੁੱਖ ਉਦੇਸ਼ ਇਹ ਆ ਕਿ ਸਾਰੀ ਜੋ ਗੱਲ ਹੈਗੀ, ਜੋ ਫੈਸਲੇ ਨੇ, ਉਹ ਲੋਕਤਾਂਤਰਿਕ ਤਰੀਕੇ ਨਾਲ ਵੋਲੰਟੀਅਰਸ ਅਤੇ ਜਮਹੂਰੀ ਢੰਗ ਦੇ ਨਾਲ ਉਹਨਾਂ ਕੋਲ ਲੈ ਜਾਣ। ਮੇਰੀ ਸਿਰਫ ਮੈਂ ਇੰਨੀ ਆਪਣੀ ਫਰਿਆਦ ਅੱਜ ਦੀ ਪੋਲੀਟੀਕਲ ਅਫੇਅਰਸ ਕਮੇਟੀ ਦੇ ਮੂਹਰੇ ਰੱਖੀ ਸੀਗੀ, ਔਰ ਇਹਨਾਂ ਨੂੰ ਮੈਨੂੰ ਖੁਸ਼ੀ ਆ ਕਿ ਉਹ ਗੱਲ ਨੂੰ ਪ੍ਰਵਾਨ ਕੀਤਾ ਵਾ ਸਾਡੇ ਕੁਲੀਗਸ ਨੇ ਕਿ ਅਸੀਂ ਆਉਣ ਵਾਲੀਆਂ ਜ਼ਿਲ੍ਹਾ ਪੱਧਰੀ ਆਮ ਆਦਮੀ ਪਾਰਟੀ ਵੋਲੰਟੀਅਰਸ ਕਨਵੈਨਸ਼ਨ ਦੇ ਵਿੱਚ ਇਸ ਦੀ ਰੈਟੀਫਿਕੇਸ਼ਨ ਕਰਾਂਗੇ। ਜ਼ਿੰਮੇਵਾਰੀ ਤੋਂ ਮੈਂ ਭੱਜਦਾ ਨਹੀਂ ਗਾ, ਔਰ ਜਿਸ ਤਰ੍ਹਾਂ ਸੰਧੂ ਸਾਹਿਬ ਨੇ ਫਰਮਾਇਆ, ਮੇਰੇ ਸਾਰੇ ਕੁਲੀਗਸ ਨੇ, ਸਾਡੀ ਲੜਾਈ ਫਿਰ ਮੈਂ ਰੀਇਟਰੇਟ ਕਰਨਾ ਚਾਹੁੰਦਾ ਕਿ ਅਹੁਦਿਆਂ ਦੀ ਅਤੇ ਪੋਜੀਸ਼ਨਸ ਦੀ ਬਿਲਕੁਲ ਨਹੀਂ, ਕਿਉਂਕਿ ਇਹ ਜੱਦੋ ਜਹਿਦ ਆ, ਇਹ ਕੋਈ ਆਉਣ ਵਾਲੇ ਸਮੇਂ ਦਾ ਕੋਈ ਇਹ ਤਾਜ ਨਹੀਂ ਗਾ, ਇਹ ਇੱਕ ਬਹੁਤ ਭਾਰੀ ਜ਼ਿੰਮੇਵਾਰੀ ਆ। ਜਿਸ ਸੰਕਟ ਵਿੱਚ ਪੰਜਾਬ ਹੈ ਇਸ ਵਕਤ, 2.5 ਲੱਖ ਕਰੋੜ ਦਾ ਕਰਜ਼ਾ, ਕਿਸਾਨਾਂ ਖੇਤ ਮਜ਼ਦੂਰਾਂ ਦੀਆਂ ਆਤਮ ਹੱਤਿਆਵਾਂ, ਟੀਕੇ ਲਾ ਕੇ ਬੱਚੇ ਪੰਜਾਬ ਦੇ ਵਿੱਚ ਮਰ ਰਹੇ ਨੇ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਔਰ
किसान ते खेत मजदूर जिदा मैं क्या उन्हां दा इस इन हालातों में उन्हां दी आत्महत्यावां और जो पंजाब दे विच अराजकता फैली हुई है माफिया का राज बनया होया जो 10 साल अकाली दल ने उस राज नूं अंजाम दिता उहदे ते उस लैगेसी नूं उस राज नूं कांग्रेस होर तेजी दे नाल उसे ही लीहां दे उत्ते लैके अगे जा रही है। गुरु ग्रंथ साहब की बेअदबी का एड्डा वड्डा मामला ते सैशन सिर्फ 2 दिन का मैं सैशन ते असी सारिया ने बड़े जोरदार शब्दों में असी आपत्ति अपनी दर्ज कराने हैं क्योंकि 6 महीनों बाद सैशन और सैशन भी जस्टिस रणजीत सिंह कमिशन की रिपोर्ट के उत्ते महज 2 दिन का एक क्योंकि 24 नूं ओबिचरीज होणगियां 25-26 छुट्टी आ 27 ते 28 मैनू नहीं लगता कि कल बरगाड़ी कमिशन की रिपोर्ट के उत्ते बहस हो सकी कि 2 सिख नौजवान मारे गए उन्होंने गुनाहगारा सज़ा 117 मैंबर का हाउस कल बरगाड़ी कमिशन से इसते बहस नहीं हो सकेगी। तुसी आप सारे देखोगे और मंग साड़ी ये आ कि यह सैशन घट्टो घट 15 दिन का होना चाहिए ताकि जेडे मुद्दे मैं गिनाए ने नशियां दा बेरोजगारी दा भ्रिष्टाचार दा माफिया राज दा और खेत किसानां दी खेत मजदूरां दी आत्महत्या दा दलितां दे समस्या उन्हां दे बच्चों दे जिहड़ियां दाखले नहीं किए जा रहे कॉलेजों में जिहड़ा पोस्ट मैट्रिक स्कॉलरशिप के नाल खिलवाड़ किया अकालिया ने तो हुण कांग्रेस ने यह सारे मुद्दों के सही मायने में डिस्कशन होने वास्ते 15 दिन का समा पंजाब की विधानसभा मिलना चाहिए वा यह नाकाफी आ। इस असी बहुत जोरदार शब्दों में खंडन करते हैं और नाल भी अपील करते हैं कि सारी बहस लाइव टैलीकास्ट होनी चाहिए लोगों को पता होना चाहिए कि गुरु ग्रंथ साहब की बेअदबी अर्गे संवेदनशील मुद्दे के उत्ते सरकार का की रवैया वा अकालिया का की रवैया वा आम मैंबर का की रवैया यह सारी गल उत्थे आनी चाहिए आ। इसलिए ये बहुत अफसोस से दुखदाई गल है कि लोकतंत्र का पंजाब दे विच अपमान किया जा रहा वो पवित्र सदन जिथे लोगों के मुद्दों के उत्ते बहस होनी चाहिए सी उसका दुर इस्तेमाल किया जा रहा दबाया जा रहा यही कांग्रेस रात बिताई कांग्रेस ने उत्थे पंजाब की विधानसभा में सौं के जाखड़ साहब होना दे सारे कुलीग्स ने अज उही कांग्रेस अकालिया नालों भी छोटे सैशन दे रही है। इस गल दी असीं करदे आ सो मैं एक बार फिर अपने कुलीग्स का बहुत धन्यवाद करदा। कुछ थोड़े जे पार्टी के प्रोग्राम एक प्रोग्राम मैं अनाउंस करना बाकी कुछ रीएट्रेट करेंगे एक गन्ना दे उत्पादकों का केन प्रोड्यूसर्स दे लगभग 750 करोड़ रुपया एरियर्स ने पंजाब सरकार दे सारिया कोऑपरेटिव मिल्स दे और समेत जिहड़ियां प्राइवेट शुगर मिल्स ने इन्हां ने 750 करोड़ रुपया पंजाब के किसानों का देना वा। एक पासे सरकार कहिंदी आ डाइवर्सीफिकेशन करो कणक ते झोनी दे झोने दे फसली चक्कर चो निकल के दूसरिया फसलों बीजो तो जे किसान गन्ना बेचता बीजदा या कोई होर फसल बीजदा वा तो वो मार्केटिंग ते वो पैसों का हालत जो दुर्दशा हो रही है किसान पहला ही मरिया पिया वा उन्होंने पहला ही बहुत कर्जा वा एडा वड्डा बोझ 750 करोड़ रुपए का किसानों पौन। इसलिए साड़ी पार्टी ने यह फैसला लिया वा कि 5 सितंबर मोरिंडा की शुगर मिल जी है कोऑपरेटिव सैक्टर की शुगर मिल उत्थे साड़ी पार्टी एक धरना विशाल धरना किसानां ते जिहड़े गन्ने दे प्रोड्यूसर्स ने उन्हां दे पेमेंट दे एरियर्स रिलीज़ करवाउण वास्ते 5 सितंबर मोरिंडे विखे ये असी एक धरना देण जा रहे हैं। कुछ पार्टी के होर प्रोग्राम्स ने मैं बेनती करूँगा संधु साहब उन्हां नूं जिहड़ा गन्ने दे केन ग्रोअर्स की गल की जा रही है उन्हां दे गन्ने नूं प्राइवेट शुगर मिल्स बाउंड नहीं कर रही उन्हां सरकारी शुगर मिल्स भी बाउंड नहीं कर रही उन्हां नाल एग्रीमेंट नहीं कर रही। फर्ज करो मेरा 10 एकड़ गन्ना खड़ा वा जे मेरे नाल वो कमिटमेंट करेंगे ताइयों मेरे 10 किले की मार्केटिंग होगी। वो कहिंदे जी तुहाडे नाल असीं कोई कमिटमेंट नहीं कर सकते गवर्नमेंट शुड इंटरवीन मेक श्योर दैट ऑल द शुगर मिल ओनर्स वैदर दे आर इन द प्राइवेट सैक्टर और दे आर इन द गवर्नमेंट सैक्टर यदि बाउंड एरिया करे और मार्केटिंग इंश्योर करे कमिटमेंट करे तो 750 करोड़ रुपया जिहड़े एरियज रिलीज़ करे। एक बार फिर मैं आगामी प्रोग्राम्स रीएट्रेट कर दिंदा वा कि 22 तारीख नूं कोटकपुरा विखे आम आदमी पार्टी की डिस्ट्रिक्ट लैवल वॉलंटियर्स कन्वेंशन फरीदकोट की वो कोटकपुरे विखे हो रही है। इसलिए साढ़े MLA साहब सरदार बलदेव सिंह जी जैतो जिहड़े अज नहीं आ सके दाणा मंडी नवी दाणा मंडी है कोटकपुरे च उत्थे ठीक 11 बजे असी वो आयोजित कर रहे हैं प्रोग्राम कोटकपुरे। 25 तारीख नूं गुरदासपुर विखे सन सिटी साडा एक उत्थे मैरिज पैलेस हैगा गुरदासपुर दे शहर के बाहर ठीक 11 बजे उत्थे कॉन्फ्रेंस की जाएगी जिला पद्धरी और उस तो बाद 2 सितंबर मोगा विखे वो जो वेन्यू आ चुका साढ़े कोल
वो असी लोगों नूं कर देंगे। लेकिन यह सारिया कॉन्फ्रेंसिस ठीक 11 बजे होणगियां। 9 तारीख नूं पटियाला उत्थे डिस्ट्रिक्ट लैवल की कॉन्फ्रेंस की जाएगी वॉलंटियर्स की, और वो दरम्यान मैं जिहड़ा कहा कि 5 तरीक नूं 5 सितंबर नूं मोरिंडा विखे जिहड़ा है वह धरना दिता जाएगा। सो अज दे उद्देश इस अज की मीटिंग दे साढ़े ये ने, और जिस तरह संधु साहब ने कहा कि शॉर्टली वील एक्सपैंड द स्टेट एग्जीक्यूटिव बॉडी एंड ऑलसो वी विल बी गोइंग इन टू द प्रोसैस ऑफ अपॉइंटिंग डिस्ट्रिक्ट प्रेजिडेंट, सो दैट द जी पार्टी डिफंक्ट पई सी, जी पार्टी 17 महीनों सहक रही सी, जी पार्टी 1900 वोट ते आण के टिक गई सी, जी पार्टी को 250-300 बंदा भी नहीं इकट्ठा होया पिछले 17 महीनों, अज तुहाडे सारिआं दे पंजाबीआं दे सहयोग दे नाल अज हज़ारां दी तादाद विच ना सिर्फ बठिंडा गढ़शंकर ईसड़ू कॉन्फ्रेंस विच समेत साढ़े सारे प्रोग्रामां विच बहुत वड्डी तादाद विच लोग दे रहे ने। लोग तीसरा बदल पंजाब दे विच लभ रहे ने, असीं उहनां नूं तीसरे बदल वल नूं लैके जा रहे हां। अपनी आम आदमी पार्टी नूं मजबूत करके इस दा एडा प्लेटफॉर्म स्ट्रोंग कर देना कि दोनों रवायती पार्टियां तो पंजाब दे लोकां नूं निजात दवाई जा सके। दोनों रवायती पार्टियां कांग्रेस अकाली दल ने पंजाब नूं जो अज इस दी स्थिति है इहदे लई दोनों रवायती पार्टियां जिम्मेवार ने, इसलिए तीसरे बदल की होर तेजी दे नाल लोकां च उम्मीद हुई है। जमीन तो बहुत वड्डी आवाज़ तीसरे बदल की जिहड़ी आ रही है उसकी जिम्मेवारी असी सारे समझते हुए ये सारे कदम जिहड़े ने पार्टी वल्लों असी चुकन जा रहे हैं। धन्यवाद।